ਮੇਰਾ ਨਾਮ ਭਾਅ ਜੀ ਰੋਹਿਤ ਕੁਮਾਰ ਆ ਜੀ, ਅਤੇ ਸੇਵਾ ਇਹੀ ਆ ਰਾਮ ਮੰਦਿਰ ਦੀ ਖੁਸ਼ੀ ਦੇ ਵਿੱਚ ਮੈਂ ਆਪਣੇ ਮੇਰੇ ਮਨ 'ਚ ਆਇਆ ਵੀ ਮੈਂ 2 ਦਿਨ ਆਪਣੇ ਆਟੋ 'ਚ ਲੋਕਾਂ ਨੂੰ ਬਿਠਾ ਕੇ ਅਤੇ ਫਰੀ ਸੇਵਾ ਕਰਾਂ। ਕਿੰਨੇ ਚਿਰ ਸੇਵਾ ਕਰਦੇ, ਕਿੰਨੇ ਤੱਕ ਜਾਈ ਰਹੇਗੀ? ਇਹ 21 ਤਰੀਕ ਨੂੰ ਸਰ ਅਤੇ 22 ਤਰੀਕ ਨੂੰ 2 ਦਿਨ ਹੀ ਆ। ਕਿੰਨੀ ਖੁਸ਼ੀ ਆ ਮਨ ਦੇ ਵਿੱਚ ਜਿਹੜਾ ਰਾਮ ਮੰਦਿਰ ਬਣ ਜਾ ਰਿਹਾ? ਖੁਸ਼ੀ ਭਾਅ ਜੀ ਬਹੁਤ ਜ਼ਿਆਦਾ, ਇਸੇ ਕਰਕੇ ਤਾਂ 2 ਦਿਨ ਸੇਵਾ ਲਾਈ ਹੈ ਸਰ। ਹੋਰ ਨੌਜਵਾਨ ਨੂੰ ਕੀ ਕਹਿਣਾ ਚਾਹੋਗੇ ਜਾਂ ਤੁਹਾਡੇ ਵਾਲੇ ਵੇਖ ਕੇ ਕੋਈ ਹੋਰ ਵੀ ਕਰ ਰਹੇ ਨੇ ਤਾਂ ਸੇਵਾ? ਹਾਂਜੀ ਹਾਂਜੀ ਸਰ, ਮੈਂ ਪੁਰਾਣੇ ਅੱਡੇ ਯੂਨੀਅਨ ਆ ਆਪਣੀ, ਉੱਥੇ ਆਟੋ ਲਗਾਉਣਾ ਪੁਰਾਣੇ ਅੱਡੇ ਕੁੜੇ ਕੰਨਿਆ ਸਕੂਲ ਦੇ ਲੱਗੇ, ਉੱਥੇ ਮੇਰੇ ਵੱਲ ਦੇਖ ਕੇ 15 ਜਣੇ ਹੋਰ ਮੇਰੇ ਵੱਲ ਦੇਖ ਕੇ, ਅਤੇ ਕੱਲ੍ਹ ਕਹਿੰਦੇ ਸਾਡੀ ਵੀ ਕੱਲ੍ਹ ਫਰੀ ਸੇਵਾ 'ਚ ਲਵਾ ਦੇ, ਉੱਥੇ ਜਿਹੜੀ ਸ਼ੋਭਾ ਯਾਤਰਾ ਨਿਕਲਣੀ ਹੈ ਨਾ ਸ਼ਹਿਰ ਦੇ ਵਿੱਚ ਸਨਾਤਨ ਧਰਮ ਦੀ, ਅਤੇ ਉਹਦੇ ਵਿੱਚ ਕਹਿੰਦੇ ਅਸੀਂ ਵੀ ਯੋਗਦਾਨ ਪਾਉਣਾ ਚਾਹੁੰਦੇ ਹਾਂ ਤੁਹਾਡੀ ਵੀ ਗੱਡੀਆਂ ਨੂੰ। ਪਰਿਵਾਰ ਵਿੱਚ ਕੌਣ ਕੌਣ ਆ ਗਿਆ, ਪਰਿਵਾਰ ਨੂੰ ਦੱਸ ਕੇ ਆਇਓ ਜਿੱਦਾਂ ਸੇਵਾ ਕਰਨੀ ਕੀ ਕਿਤੇ ਪਰਿਵਾਰ? ਹਾਂਜੀ ਹਾਂਜੀ, ਪਰਿਵਾਰ ਦੇ ਵਿੱਚ ਮੈਂ ਆ, ਮੇਰੀ ਵਾਈਫ ਆ, 2 ਬੱਚੇ ਆ, 1 ਬੇਟਾ 1 ਬੇਟੀ ਆ, ਅਤੇ ਉਹਨਾਂ ਨੂੰ ਮੈਂ ਦੱਸਿਆ ਸੀਗਾ ਅਤੇ ਉਹ ਕਹਿੰਦੇ ਕੋਈ ਨਹੀਂ, ਵਧੀਆ ਗੱਲ ਆ, ਖੁਸ਼ੀ ਦੀ ਗੱਲ ਆ। ਕੀ ਮੈਸੇਜ ਦੇਣਾ ਚਾਹੋਗੇ ਸ਼ਰਧਾਲੂਆਂ ਨੂੰ? ਸ਼ਰਧਾਲੂਆਂ ਨੂੰ ਮੈਸੇਜ ਇਹੋ ਹੀ ਆ ਵੀ ਚਲੋ ਸਾਲ ਦੇ ਵਿੱਚ ਕਿਤੇ ਇਹੋ ਜਿਹਾ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ਤਿਉਹਾਰ ਨੂੰ ਜਿਹੜਾ ਕੱਲ੍ਹ ਦਾ ਦਿਨ, ਉਹਨਾਂ ਨੂੰ ਕਿਸ ਤਰ੍ਹਾਂ ਮਨਾਉਣਾ ਚਾਹੀਦਾ ਹੈ? ਬਹੁਤ ਖੁਸ਼ੀ ਨਾਲ ਸਰ ਦੀਵਾਲੀ ਵਾਂਗੂ ਮਨਾਉਣਾ ਚਾਹੀਦਾ ਜੀ। ਆਪਣੇ ਘਰ ਤੋਂ ਇਹ ਮੰਦਰ ਤੱਕ ਜਿਹੜਾ ਆਉਣਾ ਸੀਗਾ, ਅਤੇ ਮੈਨੂੰ ਭਾਈ ਹੁਣੀ ਬਾਹਰ ਜਿਹੜਾ ਮਿਲੇ ਸੀਗੇ ਅਤੇ ਮੈਂ ਇਹਨਾਂ ਨੂੰ ਹੱਥ ਦੇ ਕੇ ਖਿਲਾਰਿਆ ਵਾ, ਅਤੇ ਮੈਂ ਇਹਨਾਂ ਨੂੰ ਪੁੱਛਿਆ ਉਦੋਂ ਕੁਛ ਨਹੀਂ ਹੈਗਾ, ਅਤੇ ਮੈਂ ਗੱਡੀ 'ਚ ਬਹਿ ਗਿਆ ਉਹਨਾਂ ਦੀ ਆਟੋ ਜੀ 'ਚ, ਅਤੇ ਜਦੋਂ ਮੰਦਰ ਦੇ ਬਾਹਰ ਪਹੁੰਚਿਆ ਵਾਂ ਤਾਂ ਮੈਂ ਭਾਈ ਉਹਨਾਂ ਨੂੰ ਉਦੋਂ ਪੁੱਛਿਆ ਕੀ ਸੇਵਾ ਵਾ, ਅਤੇ ਭਾਈ ਉਹਨਾਂ ਨੇ ਮਨਾ ਕਰਤਾ ਪੇਮੈਂਟ ਲੈਣ ਤੋਂ, ਅਤੇ ਮੈਨੂੰ ਉਦੋਂ ਲੱਗਾ ਭਾਈ ਨੂੰ ਮਜ਼ਾਕ ਜਿਹਾ ਕਰ ਰਿਹਾ, ਅਤੇ ਮੈਂ ਉਹਨਾਂ ਨੂੰ 1-2 ਵਾਰੀ ਕਿਹਾ, ਅਤੇ ਉਹਨਾਂ ਨੇ ਫਿਰ ਮੈਨੂੰ ਦੱਸਿਆ ਕਿ ਮੈਂ 21 ਅਤੇ 22 ਜਨਵਰੀ ਨੂੰ ਜਿਹੜਾ ਹੈਗਾ ਉਹ ਅਯੋਧਿਆ ਦੇ ਰਾਮ ਮੰਦਿਰ ਕਰਕੇ ਮੈਂ ਜਿਹੜੀ ਹੈਗੀ ਆ ਫਰੀ ਸੇਵਾ ਕਰ ਰਿਹਾ ਵਾਂ, ਅਤੇ ਇਹਦੇ ਇਸ ਕਰਕੇ ਭਾਈ ਉਹਨਾਂ ਨੇ ਕੋਈ ਮੇਰੇ ਕੋਲ ਪੈਸਾ ਨਹੀਂ ਲਿਆ, ਅਤੇ ਮੈਂ 1-2 ਵਾਰੀ ਕੋਸ਼ਿਸ਼ ਕੀਤੀ ਹੈ ਦੇਣ ਦੀ ਅਤੇ ਉਹਨਾਂ ਨੇ ਮਨਾ ਕਰਤਾ ਵਾ, ਅਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵਾਂ ਕਿ ਜੋ ਅਯੋਧਿਆ ਦੇ ਕਰਕੇ ਸਾਰੀ ਇੰਡੀਆ ਦੇ ਵਿੱਚ ਜੋ ਪੂਰੀ ਦੁਨੀਆ ਦੇ ਵਿੱਚ ਜੋ ਮਾਹੌਲ ਹੈਗਾ ਵਾ ਉਹਨੂੰ ਦੇਖਦਿਆਂ ਆ ਬਾਕੀਆਂ ਨੂੰ ਵੀ ਜਿਹੜੀ ਹੈਗੀ ਆ ਥੋੜ੍ਹਾ ਬਹੁਤਾ ਯੋਗਦਾਨ ਜਿਹੜਾ ਹੈਗਾ ਜ਼ਰੂਰ ਕੋਈ ਨਾ ਕੋਈ ਕਿਸੇ ਚੀਜ਼ 'ਚ ਕਰਨਾ ਚਾਹੀਦਾ। ਅਤੇ ਮੈਨੂੰ ਇਸ ਵੀਰ ਵੱਲ ਵੇਖ ਕੇ ਬੜੀ ਖੁਸ਼ੀ ਹੋਈ ਆ ਕਿ ਜਿਹੜਾ ਵੀਰ ਨੇ ਫਰੀ ਸੇਵਾ ਕੀਤੀ ਹੋਈ ਹੈ 21 ਅਤੇ 22 ਤਰੀਕ ਦੇ ਲਈ। ਤਾਂ ਸਾਰੇ ਸ਼ਹਿਰ ਵਾਸੀ ਪੂਰੇ ਦੇਸ਼ ਵਾਸੀਆਂ ਨੂੰ ਜੈ ਸ਼੍ਰੀ ਰਾਮ। ਜੋ ਮੇਰੇ ਭਰਾ ਨੇ ਫਰੀ ਉਪਰਾਲਾ ਕੀਤਾ ਵਾ ਨਾ ਕਿ ਮੈਂ 2 ਦਿਨ ਵਾਸਤੇ ਪੂਰੀ ਫਰੀ ਸੇਵਾ ਕਰਾਂਗਾ, ਈ ਰਿਕਸ਼ਾ ਪੂਰਾ ਆਪਣਾ ਉਹਨੇ ਇੱਥੇ ਬਕਾਇਦਾ ਸਟੀਕਰ ਤੱਕ ਲਵਾਏ ਨੇ ਕਿ ਮੈਂ ਫਰੀ ਸੇਵਾ ਦੇਵਾਂਗਾ ਪੂਰੇ ਸ਼ਹਿਰ ਵਾਸੀਆਂ, ਜਿਹੜਾ ਮਰਜ਼ੀ ਇਹਦੇ ਵਿੱਚ ਆ ਕੇ ਬਹਿ ਸਕਦਾ, ਪੂਰੇ ਸ਼ਹਿਰ 'ਚ ਜਿੱਥੇ ਮਰਜ਼ੀ ਆ ਜਾ ਸਕਦਾ। ਬਾਕੀ ਇਹ ਭਰਾ ਨੂੰ ਵੇਖ ਕੇ ਮੈਂ ਬਹੁਤ ਖੁਸ਼ ਹੋਇਆ ਕਿ ਇਹਨੇ ਆਪਣੀ ਨੇਕ ਮਾਈ ਦੇ ਵਿੱਚੋਂ ਆਪਣਾ ਈ ਰਿਕਸ਼ਾ ਫਰੀ ਚਲਾਇਆ ਵਾ ਜੀ।